ਲੋਕਾਂ ਦਾ ਢਿੱਡ ਭਰਨ ਵਾਲਾ ਆਪਣੇ ਚੁੱਲ੍ਹਿਆਂ ਨੂੰ ਬਚਾਉਣ ਦੀ ਚਿੰਤਾ ਕਰ ਰਿਹਾ ਜਿਹਨੂੰ ਆਪਾਂ ਅੰਨਦਾਤਾ ਕਹਿ ਰਹੇ ਸੀ ਜੋ ਭਿਖਾਰੀ ਬਣਾ ਕੇ ਰੱਖਦਾ ਮਤਲਬ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪਿੱਛੇ ਪਿੱਛੇ ਜਾਣਾ ਪੈ ਰਿਹਾ ਜਦਕਿ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਸੀ ਉਹਨਾਂ ਦੀ ਗੱਲ ਆਪਦੇ ਮੈਨੀਫੈਸਟੋ ਚ ਸਵਾਮੀਨਾਥਨ ਕਮਿਸ਼ਨ ਦੀਆਂ ਲਾਗੂ ਕਰਨ ਦੀਆਂ ਗੱਲਾਂ ਕਹਿ ਕੇ ਇਹ ਸ਼ਾਂਤਾ ਕੁਮਾਰ ਕਮੇਟੀ ਦੀਆਂ ਲਾਗੂ ਕਰੀ ਜਾਂਦੇ ਆ ਸੋ ਸਾਰਾ ਕੁਛ ਪ੍ਰਾਈਵੇਟ ਸੈਕਟਰ ਨੂੰ ਦੇਣਾ ਇਹ ਸਰਾਸਰ ਗਲਤ ਹੈ ਤੇ ਰੈਲੀ ਚ ਬਹੁਤ ਕੁਛ ਚਰਚਾ ਹੋਊਗਾ ਨਵਾਂ ਕੁਛ ਮਿਲੂਗਾ ਐਲਾਨ ਤੇ अरविंद केजरीवाल अज पंजाब च किसान महापंचायत नूं संबोधन करनगे। आम आदमी पार्टी दे मुताबक भाजपा दी केंद्र सरकार वल्लों लियांदे गए तीन नवें खेती कानूनां दे खिलाफ यह महापंचायत मोगा दे बागा पुराणा स्थित अनाज मंडी च आयोजित की जा रही है। बागा पुराणा किसान रैली लई सीएम अरविंद केजरीवाल अमृतसर पहुंच गए हैं अते उन्हां दा भरमा स्वागत आम आदमी पार्टी वल्लों किया गया है। दस दईए कि 2 बजे के करीब अरविंद केजरीवाल किसानों नूं संबोधन करनगे। इस तों पहलां सीएम अरविंद केजरीवाल 3 खेतीबाड़ी कानूनों का विरोध कर रहे किसानों के समर्थन च उत्तर प्रदेश के मेरठ च किसान महापंचायत नूं संबोधन कर चुके हैं। उत्थे ही भगवंत मान ने इस महापंचायत तों पहलां वड्डा बयान दिता है। उन्हां कहा है कि इस महापंचायत दौरान आम आदमी पार्टी के मुख संयोजक दिल्ली के मुख्यमंत्री अरविंद केजरीवाल वालों वड्डे ऐलान किए जा सकते हैं। आम आदमी पार्टी वालों पहले दिनों सड़क तो लैके संसद तक किसान संघर्ष का जिहड़ा समर्थन किया गया और जदों भी जिथे भी मौका मिलता असीं बोलते हैं हक च बोलते हैं किसानों के हक च कि ਲੋਕਾਂ ਦਾ ਢਿੱਡ ਭਰਨ ਵਾਲਾ ਆਪਣੇ ਚੁੱਲ੍ਹਿਆਂ ਨੂੰ ਬਚਾਉਣ ਦੀ ਚਿੰਤਾ ਕਰ ਰਿਹਾ ਜਿਹਨੂੰ ਆਪਾਂ ਅੰਨਦਾਤਾ ਕਹਿ ਰਹੇ ਸੀ ਜੋ ਭਿਖਾਰੀ ਬਣਾ ਕੇ ਰੱਖਦਾ ਮਤਲਬ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪਿੱਛੇ ਪਿੱਛੇ ਜਾਣਾ ਪੈ ਰਿਹਾ ਜਦਕਿ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਸੀ ਉਹਨਾਂ ਦੀ ਗੱਲ ਆਪਦੇ ਮੈਨੀਫੈਸਟੋ ਚ ਸਵਾਮੀਨਾਥਨ ਕਮਿਸ਼ਨ ਦੀਆਂ ਲਾਗੂ ਕਰਨ ਦੀਆਂ ਗੱਲਾਂ ਕਹਿ ਕੇ ਇਹ ਸ਼ਾਂਤਾ ਕੁਮਾਰ ਕਮੇਟੀ ਦੀਆਂ ਲਾਗੂ ਕਰੀ ਜਾਂਦੇ ਆ ਸੋ ਸਾਰਾ ਕੁਛ ਪ੍ਰਾਈਵੇਟ ਸੈਕਟਰ ਨੂੰ ਦੇਣਾ ਇਹ ਸਰਾਸਰ ਗਲਤ ਹੈ ਤੇ ਜਿਹੜਾ ਵੀ ਸੰਘਰਸ਼ ਜਿਸ ਮੋਰਚੇ ਤੋਂ ਵੀ ਸਾਨੂੰ ਯੋਗਦਾਨ ਪਾਉਣਾ ਪਿਆ ਪੋਲੀਟੀਕਲ ਚਾਹੇ ਨਾਨ ਪੋਲੀਟੀਕਲ ਅਸੀਂ ਬਾਤ ਮਾਨ ਸਾਹਿਬ ਕਿਸਾਨੀ ਨੂੰ ਲੈ ਕੇ ਸਰਕਾਰ ਕਰੋ ਫੋਨ ਕਰੇ ਸਰਕਾਰ ਕੀ ਤੁਹਾਨੂੰ ਉੱਥੇ ਸੋਸ਼ਲ ਮੀਟਿੰਗ ਦੀ ਜਿਹੜੀ ਯੋਜਨਾ ਕਰਦੇ ਹੋ ਕਿਸਾਨ ਕਰਕੇ ਕੀ ਤਾਂ ਲੱਗਦਾ ਨਹੀਂ ਕਿ ਪੰਜਾਬ ਦੇ ਕਿਸਾਨ ਕਰੋਨਾ ਹੈਗਾ ਤਾਂ ਲੱਗ ਪਈ ਨਾ ਕਿੱਥੇ ਕੱਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵਾਲੇ ਅਸੀਂ ਉੱਥੇ ਮਾਸਕ ਸੈਨੇਟਾਈਜ਼ਰ ਦਾ ਪੂਰਾ ਪ੍ਰਬੰਧ ਕੀਤਾ ਲੱਖਾਂ ਦੀ ਗਿਣਤੀ 'ਚ ਔਰ ਆਪ ਅਸੀਂ ਖੁਦ ਸਾਰੇ ਕੱਲ ਜਿਹੜੇ ਆਪਣੀ ਕੋਰੋਨਾ ਦੇ ਟੈਸਟ ਨੈਗੇਟਿਵ ਦੀ ਰਿਪੋਰਟ ਨਾਲ ਲੈ ਕੇ ਆਏ ਹਾਂ ਤੇ ਅਸੀਂ ਉੱਥੇ ਜਿਹੜਾ ਮੈਂਟੇਨ ਕਰਾਂਗੇ ਹਦਾਇਤਾਂ ਨੂੰ ਬਾਕੀ ਕਾਂਗਰਸ ਕਹਿੰਦੀ ਹੈ ਕਿ ਰੈਲੀ ਨਾ ਕਰੋ ਤਾਂ ਕਾਂਗਰਸ ਵਾਲਿਆਂ ਨੂੰ ਚਾਹੀਦਾ ਕਿ ਉਹ ਬੰਗਾਲ ਕਾਂਗਰਸ ਨਾਲ ਵੀ ਗੱਲ ਕਰ ਲੈਣ ਉੱਥੇ ਤਾਂ ਉਹ ਇਲੈਕਸ਼ਨ ਲੜ ਰਹੇ ਨੇ ਪੁੱਡੀਚੇਰੀ 'ਚ ਲੜ ਰਹੇ ਨੇ ਉਹ ਕੇਰਲਾ 'ਚ ਲੜ ਰਹੇ ਨੇ ਤਾਮਿਲਨਾਡੂ ਅਤੇ ਅਸਾਮ 'ਚ ਲੜੀ ਜਾਂਦੇ ਨੇ ਸੋ ਇਹ ਇਸ ਤਰ੍ਹਾਂ ਦੇ ਕੋਈ ਦੋਹਰੇ ਮਾਪਦੰਡ ਨਾ ਰੱਖੋ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜਾ ਕਰੋਨਾ ਦੀ ਜਿਹੜੀਆਂ ਹਦਾਇਤਾਂ ਨੇ ਪੁਲਿਸ ਵੱਲੋਂ ਜਿਹੜੀ ਪਰਮਿਸ਼ਨ ਦੇ ਵਿੱਚ ਸਾਨੂੰ ਕਹੀਆਂ ਨੇ ਅਸੀਂ 2000 ਰੈਲੀ 'ਚ ਬਹੁਤ ਕੁਛ ਚਰਚਾ ਹੋਊਗਾ ਨਵਾਂ ਕੁਛ ਮਿਲੂਗਾ ਐਲਾਨ ਤੇ ਬਾਕੀ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਤੁਸੀਂ ਸਰਵੇ ਵੀ ਦੇਖਿਆ ਹੋਣਾ ਜਿਹੜਾ ਕਿਸੇ ਚੈਨਲ ਨੇ ਕੀਤਾ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਲੀਡ ਤੇ ਇੱਕ ਪੰਜਾਬੀਆਂ ਦੀ ਉਮੀਦਾਂ ਦੀ ਪਾਰਟੀ ਦੇ ਤੌਰ ਤੇ ਉੱਭਰ ਕੇ ਦੇਖਿਆ ਗਿਆ ਤੁਸੀਂ ਅਸੀਂ ਹੋਰ ਵੀ ਜ਼ਿਆਦਾ ਮਿਹਨਤ ਕਰਾਂਗੇ ਤਾਂ ਕਿ ਅਸੀਂ ਉਹਨਾਂ ਸਰਵਿਆਂ ਤੋਂ ਵੀ ਜ਼ਿਆਦਾ ਜਿਹੜੇ ਸੀਟਾਂ ਜਿੱਤ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਨਿਸ਼ਾਨਾ ਲੋਕਾਂ ਦਾ ਗਿਲਾ ਰਹਿੰਦਾ ਕਿ ਦੋ ਜਿਹੜੀ ਚੋਣਾਂ ਹੁੰਦੀਆਂ ਨੇ ਵਾਅਦੇ ਕੀਤੇ ਜਾਂਦੇ ਨੇ ਪਰ ਪੂਰੇ ਨਹੀਂ ਕੀਤੇ ਜਾਂਦੇ ਕਿ ਤੁਹਾਡੀ ਪਾਰਟੀ ਸਿਰਫ ਵਾਅਦੇ ਕਰੇਗੀ ਜਾਂ ਪੂਰੇ ਵੀ ਕਰੇਗੀ ਜਿੱਤਾਂ ਨੇ ਜਿੰਨੇ ਵਾਅਦੇ ਪੂਰੇ ਜਿਹੜੇ ਕੀਤੇ ਨੇ ਦਿੱਲੀ 'ਚ ਉਹ ਤੋਂ ਵੱਧ ਪੂਰੇ ਕੀਤੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੀ ਨੇ ਜਿਹੜੀਆਂ ਅਸੀਂ ਮੈਨੀਫੈਸਟੋ ਲਿਖੀਆਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਕਿ ਚਾਰ ਵਾਅਦੇ ਕਰਕੇ ਜੇ ਤੁਸੀਂ 3 ਨੂੰ ਪੂਰੇ ਕਰਦੇ ਹੋ ਤਾਂ ਲੋਕ ਜਿਹੜੇ ਨੇ ਨਾਰਾਜ਼ ਹੁੰਦੇ ਨੇ ਕਿ ਸਾਰੇ ਪੂਰੇ ਨਹੀਂ ਕੀਤੇ ਬਜਾਏ ਇਸ ਦੇ ਕਿ 3 ਵਾਅਦੇ ਕਰ ਲਓ ਪਰ 4 ਕਰ ਦਿਓ ਤਾਂ ਲੋਕ ਕਹਿੰਦੇ ਹਾਂਜੀ ਜਿਹੜੀ ਸਰਕਾਰ ਹੈ ਉਹ ਆਪਣੇ ਵਾਅਦਿਆਂ ਨੂੰ ਪੂਰੇ ਕਰਕੇ ਜ਼ਿਆਦਾ ਕਰ ਰਹੀ ਹੈ ਜਿਵੇਂ ਦਿੱਲੀ 'ਚ ਹਸਪਤਾਲ ਜਿਵੇਂ ਦਿੱਲੀ ਦੇ ਬਿਜਲੀ ਜਿਵੇਂ ਦਿੱਲੀ ਦੇ ਵਿੱਚ ਜਿਹੜਾ ਪਾਣੀ ਜਿੰਨੀਆਂ ਫੈਸਿਲਿਟੀਆਂ ਦਿੱਲੀ 'ਚ ਨੇ ਉਹਨਾਂ ਦੁਨੀਆ ਦੇ ਵਿੱਚ ਉਹਨਾਂ ਦੀ ਚਰਚਾ ਇਸ ਕਰਕੇ ਆਮ ਆਦਮੀ ਪਾਰਟੀ ਉਹੀ ਕਹਿੰਦੀ ਹੈ ਜੋ ਕਰਦੀ ਮਾਨ ਸਾਹਿਬ ਪਿਛਲੀ ਅਕਾਲੀ ਦਲ ਦੀ